ਸਸ਼ੀਕਾਲ ਜੀ 75 ਹਾਰਡ ਦਾ ਅੱਜ ਮੇਰਾ 28ਵਾਂ ਦਿਨ ਹੈ ਪਾਣੀ ਪੀ ਕੇ ਫਰੈਸ਼ ਹੋ ਕੇ ਮੈਂ ਮਾਰਨਿੰਗ ਵਾਕ ਤੇ ਗਈ ਮੈਂ 20-25 ਮਿੰਟ ਦੀ ਮਾਰਨਿੰਗ ਵਾਕ ਕਰਦੀ ਹਾਂ ਡੇਲੀ ਉਸ ਤੋਂ ਬਾਅਦ ਘਰ ਆ ਕੇ ਮੈਂ ਰੱਸੀ ਕੁੱਦੀ ਬੈਲੀ ਫੈਟ ਕੱਟ ਕਰਨ ਵਾਲੀਆਂ ਐਕਸਰਸਾਈਜ਼ ਕੀਤੀਆਂ ਸਟੇਅਰਜ਼ ਵਾਲੀ ਐਕਸਰਸਾਈਜ਼ ਕੀਤੀ ਮੈਂ ਇਹ ਸਾਰੀਆਂ ਐਕਸਰਸਾਈਜ਼ ਕਰਨ ਤੋਂ ਬਾਅਦ ਮੈਂ ਯੋਗਾ ਕੀਤਾ ਉਸ ਤੋਂ ਬਾਅਦ ਨਹਾ ਤੋ ਕੇ ਫਰੈਸ਼ ਹੋ ਕੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਜੀ ਮਾਈ ਗੁਰੂ ਦਾ ਸਿਮਰਨ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਆ ਕੇ ਕਿਚਨ ਦੇ ਵਿੱਚ ਆਪਣੀ ਡਾਈਟ ਲਈ ਜੀ ਫਿਰ ਬੇਟੇ ਨੂੰ ਉਠਾਇਆ ਇਹਨੂੰ ਅੱਜ ਕੇਸੀ ਇਸ਼ਨਾਨ ਕਰਵਾਇਆ ਮੈਂ ਸੰਡੇ ਆ ਅੱਜ ਬ੍ਰੇਕਫਾਸਟ ਦੇ ਵਿੱਚ ਅੱਜ ਮੈਂ ਆਲੂ ਦਾ ਪਰਾਂਠਾ ਸੀ ਕੜ ਸੀ ਇਹ ਬਿਨਾ ਫਰਾਈ ਕੀਤਾ ਹੋਇਆ ਪਰਾਂਠਾ ਹੈ ਫਿਰ ਕਿਚਨ ਦੇ ਵਿੱਚ ਨਿੱਕੇ-ਮੋਟੇ ਕੰਮ ਕੀਤੇ ਰੂਮ ਦੀ ਕਲੀਨਿੰਗ ਕੀਤੀ ਅੱਜ ਮੈਂ ਚੰਗੀ ਤਰ੍ਹਾਂ ਸੰਡੇ ਸੀ ਛੁੱਟੀ ਸੀ ਅੱਜ ਵਾਸ਼ਰੂਮ ਦੇ ਟਾਈਲਾਂ ਵਗੈਰਾ ਸਾਫ਼ ਕੀਤੇ ਐ ਇਹਨੂੰ ਡੀਪਲੀ ਕਲੀਨ ਕੀਤਾ ਅੱਜ ਦੁਪਹਿਰੇ ਮਟਰਾਂ ਵਾਲੇ ਚਾਵਲ ਸੀ ਬਣੇ ਹੋਏ ਇਹ ਖਾਏ ਉਸ ਬਾਅਦ ਸ਼ਾਮੀ ਗਜਰੇਲਾ ਤੇ ਨਾਲ ਬਿਨਾ 슈ਗਰ ਵਾਲਾ ਦੁੱਧ ਫਿਰ ਮੈਂ ਈਵਨਿੰਗ ਵਾਕ ਤੇ ਗਈ ਬੈਲੀ ਫੈਟ ਕੱਟ ਕਰਨ ਵਾਲੀ ਐਕਸਰਸਾਈਜ਼ ਕੀਤੀਆਂ ਘਰ ਆ ਕੇ ਵੀ ਮੈਂ ਰੱਸੀ ਖੁੱਬਦੀ ਤੇ ਐਕਸਰਸਾਈਜ਼ ਕਰਦੀ ਆਂ ਡੇਲੀ ਰਾਤੀ ਮਸ਼ਰੂਮ ਦੀ ਸਬਜ਼ੀ ਸੀ ਦੋ ਫੁਲਕੇ ਸੀ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਉਹਨਾਂ ਅੱਗੇ ਅਰਦਾਸ ਕੀਤੀ ਅੱਜ ਦਾ ਦਿਨ ਵਧੀਆ ਗਿਆ ਤੇ ਇਹ ਹੈ ਮੇਰੀ ਅੱਧ ਦੀ ਸੈਲਫੀ